ਕਹਿੰਦੇ ਨੇ ਕਿ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਸਦਾ ਪਤਨ ਹੋਣਾ ਤੈਅ ਅਤੇ ਭਾਰਤ ਦੇ ਇਤਿਹਾਸ 'ਚ ਸ਼ਹੀਦਾਂ ਦੇ ਬਲੀਦਾਨ ਦੀਆਂ ਗਥਾਵਾਂ ਦਰਜ ਨੇ, ਫਿਰ ਭਾਵੇਂ ਉਹ ਧਰਮ ਲਈ ਦਿੱਤਾ ਬਲੀਦਾਨ ਹੋਵੇ ਜਾਂ ਦੇਸ਼ ਲਈ। ਇਹਨਾਂ ਬਲੀਦਾਨੀਆਂ ਨੂੰ ਯਾਦ ਕਰਨ ਲਈ ਸਰਕਾਰ ਵੱਲੋਂ ਵੱਡੇ ਵੱਡੇ ਬੁੱਤ ਵੀ ਲਗਾਏ ਜਾਂਦੇ ਨੇ, ਪਰ ਇਹਨਾਂ ਸ਼ਖਸੀਅਤਾਂ ਨੂੰ ਸਾਡੀਆਂ ਸਰਕਾਰਾਂ ਵੱਲੋਂ ਅਣਗੋਲਿਆ ਵੀ ਕੀਤਾ ਜਾ ਰਿਹਾ। ਖੰਨਾ ਦੇ ਇਸੜੂ ਪਿੰਡ 'ਚ ਹਰ ਸਾਲ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਇਸੜੂ ਦੀ ਬਰਸੀ 'ਤੇ 15 ਅਗਸਤ ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾਂਦਾ ਹੈ, ਜਿਸ 'ਚ ਹੁਣ ਸਿਰਫ ਕੁਝ ਦਿਨ ਹੀ ਬਾਕੀ ਨੇ। ਅਜੇ ਤੱਕ ਇਸ ਸ਼ਹੀਦ ਦੇ ਬੁੱਤ ਦੀ ਸਫਾਈ ਵੀ ਨਹੀਂ ਕੀਤੀ ਗਈ, ਨਾਲੇ ਇਸ ਬੁੱਤ ਦੀ ਸਫਾਈ ਤੇ ਰਾਜਨੀਤੀ ਵੀ ਹੋਣੀ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਨੇ ਕਾਂਗਰਸ ਦੇ ਵਰਦਿਆਂ ਬੁੱਤ ਦੀ ਸਫਾਈ ਮੁਹਿੰਮ ਚਲਵਾਈ। ਦੋਸਤਾਂ ਦੇ ਜਿਹਨੇ ਵੀ ਸਿਆਸਤਦਾਨ ਨੇ ਉਹ ਸਪੀਚ ਕਰਨ ਲੱਗੇ ਇਹ ਗੱਲ ਬਾਰ ਬਾਰ ਕਹਿੰਦੇ ਆ ਕਿ ਸ਼ਹੀਦੋਂ ਕੀ ਚਿਤਾਓਂ ਪਰ ਲੱਗੇਂਗੇ ਹਰ ਵਾਰ ਸਵੇਰੇ, ਬਦਲ ਪੇ ਮਿਟਣੇ ਵਾਲੋਂ ਕਾ ਯਹੀ ਵਾਕੀ ਨਿਸ਼ਾ ਹੋਗਾ। ਅਸੀਂ ਜੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਉਹਨਾਂ ਮਹਾਨ ਸੂਰਬੀਰਾਂ ਨੇ ਜਿਨ੍ਹਾਂ ਨੇ ਫਾਸੀਆਂ ਦੇ ਰੱਸੇ ਚੁੰਮੇ, ਸਰ ਕਰਤਾਰ ਸਿੰਘ ਸਰਾਭਾ, ਸਰ ਭਗਤ ਸਿੰਘ, ਰਾਜਗੁਰੂ ਸਿੰਘਦੇਵ, ਅਤੇ ਉਹਨਾਂ ਦੀ ਕੜੀ ਵਿੱਚੋਂ ਹੀ ਮੇਰੇ ਹਲਕੇ ਦਾ ਪਿੰਡ ਜੋ ਈਸੂ ਆ ਉੱਥੋਂ ਦੇ ਗੋਆ ਦੇ ਸ਼ਹੀਦ ਸਰ ਕਰਨੈਲ ਸਿੰਘ ਈਸੂ ਦੀ ਜੋ ਬਰਸੀ ਹੈ ਉਹ ਪਿਛਲੇ 50 ਸਾਲ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਈ ਜਾਂਦੀ ਹੈ। ਬਹੁਤ ਵੱਡਾ ਹਮੇਸ਼ਾ ਭਾਰੀ ਇਕੱਠ ਹੁੰਦਾ। ਔਰ ਇਹ ਵੀ ਗੱਲ ਮੈਂ ਇਹ 'ਚ ਐਡ ਕਰਨੀ ਚਾਹੁੰਦਾ ਕਿ ਜਿੰਨੀਆਂ ਵੀ ਪਿੰਡ ਨੂੰ ਸਹੂਲਤਾਂ, ਚਾਹੇ 25 ਬੈਡਰੂਮ ਦਾ 25 ਬੈਡ ਦਾ ਹਾਸਪਿਟਲ ਸੀ, ਸਟੇਡੀਅਮ ਸੀ, ਸੀਵਰੇਜ ਸੀ, ਸੜਕਾਂ ਸੀ, ਸਕੂਲ ਸੀ, ਉਹ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮਿਲਿਆ। ਆਪਣ ਹਾਲਾਤ ਦੇਖ ਲਓ, 2 ਸਾਲ ਹੋ ਗਏ ਸਰਕਾਰ ਬਣੀ ਨੂੰ, ਕਾਂਗਰਸ ਦੀ ਨੂੰ, CM ਸਾਹਿਬ ਇੱਥੇ ਆਏ ਨਹੀਂ। ਅਤੇ ਅੱਜ ਜਦੋਂ ਅਸੀਂ ਮੀਟਿੰਗ ਰੱਖੀ ਸੀ, ਮੀਟਿੰਗ ਤੋਂ ਬਾਅਦ ਸਾਡੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਅਸੀਂ ਸ਼ਹੀਦ ਦੇ ਬੁੱਤ ਨੂੰ ਜਾ ਕੇ ਪ੍ਰਣਾਮ ਕਰਕੇ ਆਈਏ। ਅਤੇ ਜੋ ਹਾਲ ਉੱਥੇ ਜਾ ਕੇ ਦੇਖਿਆ, ਗੋਡੇ ਗੋਡੇ ਘਾਹ ਖੜ੍ਹਾ, ਔਰ ਬੁੱਤ ਦੇ ਉੱਪਰ ਬਿੱਠਾ ਕੀਤੀਆਂ ਜਾਨਵਰਾਂ ਦੀਆਂ, ਚਾਰੇ ਪਾਸੇ ਗੰਦ ਪਿਆ ਪਿਆ, ਕੋਈ ਉਹਦੀ ਸਫਾਈ ਨਹੀਂ ਕਰਾਈ ਗਈ, ਕੋਈ ਉਹਦੀ ਪੇਂਟ ਨਹੀਂ ਕਰਾਇਆ ਗਿਆ, ਅਤੇ ਨਾ ਹੀ ਹੋਰ ਕੋਈ ਢੁੱਕਵਾਂ ਪ੍ਰਬੰਧ ਕੀਤਾ ਗਿਆ। ਸੋ ਸਰਕਾਰ ਪੂਰੀ ਤਰ੍ਹਾਂ ਸੁੱਤੀ ਪਈ ਆ। ਉਹਨੂੰ ਮੇਰਾ ਖਿਆਲ ਹੈ ਵੀ ਯਾਦ ਵੀ ਹੈ ਨਹੀਂ ਗਾ ਕਿ 15 ਅਗਸਤ ਨੂੰ ਜੋ ਇੱਕ ਰਾਜ ਪੱਧਰੀ ਸਮਾਗਮ ਹੁੰਦਾ ਇਸਨੂੰ, ਉਹਦੇ ਬਾਰੇ ਕੋਈ ਪ੍ਰਬੰਧ ਕਰ ਰਹੇ ਨੇ। ਉਹ ਸਾਡੇ ਲਈ ਨਹੀਂ ਕਰ ਰਹੇ, ਕਿਸੇ ਹੋਰ ਪਾਰਟੀ ਲਈ ਨਹੀਂ ਕਰ ਰਹੇ, ਉਹ ਤਾਂ ਅਸੀਂ ਸ਼ਹੀਦ ਦੀ ਯਾਦ ਕਰ ਰਹੇ ਹਾਂ। ਲੇਕਿਨ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਉਹ ਆਪ ਵੀ ਵਾਰ ਵੈਟਰਨ ਨੇ, ਉਹਨਾਂ ਨੂੰ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਦਾ ਪਤਾ, ਉਹ ਇਸ ਵੱਲ ਜਲਦ ਤੋਂ ਜਲਦੀ ਤਵੱਕੋ ਦੇ ਕੇ ਇਹ ਇੱਥੇ ਸਾਫ਼ ਸਫਾਈ ਕਰਾਉਣਗੇ ਅਤੇ ਪੁਖਤਾ ਪ੍ਰਬੰਧ ਕਰਨਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।